पंजाब विधानसभा चुनाव से पहले कांग्रेस ने पंजाब के आवाम से ये वादा किया था कि सत्ता में आने से महीने में पंजाब में नशा खत्म कर देंगे, लेकिन एक महीने बाद नशे कई सर पकड़े गए। लेकिन वादे के मुताबिक नशे को पूरी तरह से खत्म करने में कांग्रेस की सरकार सही साबित नहीं हुई, जिसके बाद लोगों की मिली जुली प्रतिक्रिया देखने को मिली। ब्यूरो फिर अचानक न्यूज जलंधर। देखो जी, जड़ी पंजाब दे विच कांग्रेस सरकार आई है, अजे मेरे ख्याल 22 या 23 दिन होए ने, वध तो वध इन्नी ज़्यादा इंप्रूवमेंट इन्होंने करती पंजाब दे विच। लोग थर थर कंबदे पे ने नशा वेचण वाले। असी कहने लोग जिहड़े रोला पाउण डे, कमर रोली पाउण डे, नशा नहीं बंद होण डिया। मैं कहना 70% बंद हो चुका काम, तो जिहड़ा 30% रह गया उन्होंने मौका तो दिओ काम करन दा। तुसीं अगे नज़ारा तो देखो की जलवे लियाउणे कैप्टन ने, तो जिहड़े अकाली भाजपा ने करके दिखाते तुहानूं, ਉਹ 10 ਸਾਲਾਂ 'ਚ ਨਹੀਂ ਕਰ ਸਕੇ ਤੇ ਇਹਨੇ ਤਾਂ 10 ਦਿਨਾਂ 'ਚ ਕਰਤਾ ਕੰਮ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਥੋੜ੍ਹਾ ਜਿਹਾ ਸਮਾਂ ਦਿਓ ਕੰਮ ਕਰਨ ਲਈ। ਤੁਸੀਂ ਪੰਜਾਬ ਨੂੰ ਵਾਕਈ ਸਵਿਟਜ਼ਰਲੈਂਡ ਦੇਖੋਗੇ ਜੋ ਅਸੀਂ ਗੈਸ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ। ਦੇਖੋ, ਕੈਪਟਨ ਸਰਕਾਰ ਨੂੰ ਆਏ 1 ਮਹੀਨਾ ਹੋਇਆ, ਜੇ ਪੂਰਨ ਰੂਪ 'ਚ ਨਸ਼ਾ ਬੰਦ ਨਹੀਂ ਹੋਇਆ, ਮੈਂ ਇਹ ਸਮਝਦਾ ਕਿ ਇਹੋ ਜਿਹੇ ਅਫਸਰ, ਹਰਪ੍ਰੀਤ ਸਿੰਘ ਸਿੱਧੂ ਜੀ ਵਰਗੇ ਇਮਾਨਦਾਰ ਅਫਸਰ ਨੂੰ ਇਸ ਦੀ ਕਮਾਨ ਸੌਂਪੀ ਹੈ। ਪਰ 1 ਮਹੀਨੇ ਦੇ ਵਿੱਚ ਹਲੇ ਕੋਈ ਅਮਲੀ ਜਾਮਾ ਪਹਿਨਿਆ ਜਾਂ ਜ਼ਮੀਨੀ ਸਤਰ 'ਤੇ ਬਦਲਾਵ ਨਜ਼ਰ ਨਹੀਂ ਆ ਰਿਹਾ। ਪਰ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਜਿਹੜੇ ਬਦਲਾਵ ਹੋਏ ਹੈ ਉਹਦੇ ਨਾਲ 1 ਮਹੀਨੇ ਦੇ ਵਿੱਚ ਸਿਰਫ ਇਹ ਹੈ ਕਿ ਬਦਲੀਆਂ ਚੰਗੇ ਅਫਸਰਾਂ ਦੀਆਂ ਆ ਗਈਆਂ। ਮੈਨੂੰ ਇਹ ਕਹਿਣ ਦੇ ਵਿੱਚ ਗੁਰੇਜ਼ ਨਹੀਂ ਹੈ ਕਿ ਹਲੇ 1 ਮਹੀਨੇ 'ਚ ਨਸ਼ਾ ਮੁਕਤ ਪੰਜਾਬ ਵਾਲੀ ਜਿਹੜੀ ਗੱਲ ਹੈ ਇਹੋ ਜਿਹੀ ਕੋਈ ਗੱਲ ਜ਼ਮੀਨੀ ਸਤਰ 'ਤੇ ਨਹੀਂ ਆਈ। ਨਸ਼ਾ ਮੁਕਤ ਕਰਨਗੇ, ਪਰ ਟਾਈਮ ਲੱਗੇਗਾ ਥੋੜ੍ਹਾ ਜਿਹਾ, ਕਰੇਗਾ ਜ਼ਰੂਰ, ਔਰ ਕਾਮਯਾਬ ਵੀ ਹੋਏਗਾ ਇਸ ਮਾਮਲੇ 'ਚ, ਅਤੇ ਹੋਣਾ ਵੀ ਚਾਹੀਦਾ। ਮੈਂ ਜੀ ਜੋ ਦੇਖ ਰਿਹਾ, ਜੋ ਹਾਲਾਤ ਇਸ ਟਾਈਮ ਬਣੇ ਨੇ ਪੰਜਾਬ ਦੇ, ਜੋ ਹਾਲਾਤ ਆਲਰੇਡੀ ਪਹਿਲਾਂ ਸੀਗੇ ਉਹਦੇ ਨਾਲੋਂ ਵੱਧ ਨਾਲੋਂ ਜ਼ਿਆਦਾ ਬਿਹਤਰ ਹਾਲਾਤ ਹੁਣ ਬਣ ਚੁੱਕੇ ਨੇ। ਕਿਉਂਕਿ ਕੈਪਟਨ ਸਰਕਾਰ ਨੇ ਕਿਹਾ ਸੀਗਾ ਕਿ ਵੀ ਜਦੋਂ ਸਾਡੀ ਸਰਕਾਰ ਬਣੂਗੀ ਆਉਂਦੇ ਅਸੀਂ ਨਸ਼ੇ 'ਤੇ ਪੂਰੀ ਨਕੇਲ ਪਾਵਾਂਗੇ। ਸਾਡੇ ਜਲੰਧਰ ਦੇ ਵਿੱਚ ਹਾਲੇ ਵੀ ਇੰਨਾ ਬੁਰਾ ਹਾਲ ਹੈ, ਮੁਹੱਲਿਆਂ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਵਾ, ਸ਼ਰਾਬ ਵਿਕ ਰਹੀ ਹੈ। ਇਹਨਾਂ ਦੇ ਖੁਦ ਦੇ ਨੁਮਾਇੰਦੇ ਜਿਹੜੇ ਨੇ ਉਹ ਸ਼ਰਾਬ ਵੇਚਦੇ, ਅਸੀਂ ਕੀ ਕਹਿ ਸਕਦੇ ਹਾਂ? ਅਸੀਂ ਤਾਂ ਆਮ ਨਾਗਰਿਕ ਹਾਂ, ਸਾਡੀ ਸੁਣਵਾਈ ਨਹੀਂ ਕਿਤੇ ਹੁੰਦੀ, ਅਸੀਂ ਪ੍ਰਸ਼ਾਸਨ 'ਚ ਜਾਂਦੇ ਹਾਂ, ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਹੁੰਦੀ, ਜਿੱਥੇ ਅਸੀਂ ਜਾਂਦੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈ। ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਵਾਂ, ਆਮ ਨਾਗਰਿਕ ਆਪ ਵੀ ਆਪਣੇ ਬਲਬੂਤੇ ਜੋ ਕਰਨਾ ਕਰੇ, ਸਾਨੂੰ ਕਿਸੇ ਸਰਕਾਰ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ।